ਬੇਕੋਫ ਲੁਟੇਰੇ ਦੇ ਵੱਲੋਂ ਇੱਕ ਵਾਫਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਵਪਾਰੀ ਤੋਂ 1,88,000 ਰੁਪਏ ਲੁੱਟੇ ਗਏ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਲੁੱਟ ਦੀ ਇਹ ਵਾਰਦਾਤ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਪਰੀ ਹੈ ਲੁੱਟਦਾ ਸ਼ਿਕਾਰ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਕੱਪੜੇ ਦਾ ਵਪਾਰੀ ਹੈ ਤੇ ਉਸਨੇ ਕਿਸੇ ਤੋਂ ਕੱਪੜੇ ਦੇ ਪੈਸੇ ਲੈ ਸਨ ਤੇ ਜਦੋਂ ਉਹ ਆਪਣੇ ਘਰ ਜਾਂਦੇ ਸਮੇਂ ਕੇਸਰ ਟਾਬੇ ਦੇ ਕੋਲ ਦਵਾਈ ਲੈਣ ਦੇ ਲਈ ਰੁਕਿਆ ਤਾਂ ਇੱਕ ਨੌਜਵਾਨ ਨੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਇਆ ਤੇ ਫਰਾਰ ਹੋ ਗਿਆ ਹਾਲਾਂਕਿ ਉਸ ਦੇ ਵੱਲੋਂ ਨੌਜਵਾਨ ਦਾ ਪਿੱਛਾ ਕੀਤਾ ਗਿਆ ਪਰ ਨੌਜਵਾਨ ਜਿਹੜਾ ਅੱਗੇ ਖੜੀ ਐਕਟਿਵਾ ਤੇ ਸਵਾਰ ਹੋ ਕੇ ਫਰਾਰ ਹੋ ਗਿਆ ਇਸੇ ਨਾਲ ਹੀ ਪੀੜਤ ਵਿਅਕਤੀ ਨੇ ਇਹ ਵੀ ਕਿਹਾ ਕਿ ਜਿਸ ਇਲਾਕੇ ਦੇ ਵਿੱਚ ਉਸ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ ਉਹ ਇਲਾਕਾ ਭੀੜ-ਪਾੜ ਵਾਲਾ ਹੈ ਅਤੇ ਪੁਲਿਸ ਨੂੰ ਉੱਥੇ ਗਸ਼ਤ ਕਰਦੇ ਰਹਿਣਾ ਚਾਹੀਦਾ ਹੈ। ਆਪਣਾ ਜੀ ਖੜਵੀਆ ਕੁਮਾਰ। ਤਾਂ ਸਮਝਣ ਦੇਖ ਕੇ ਜੀ ਹਾਂ ਕੀ ਹੋਇਆ ਜੀ ਤੁਹਾਡੇ ਨਾਲ ਵਾਰਦਤ ਕੀ ਹੋਈ ਹੈ? ਸਰ ਦੁਕਾਨ ਤੋਂ ਬੰਦ ਕਰਕੇ 7:30 ਦੇ 7 ਵਜੇ ਮੈਂ ਜਾ ਰਿਹਾ ਸੀ ਘਾੜ ਪੇਮੈਂਟ ਮੇਰੇ ਕੋਲ ਸੀ। ਮੈਂ ਪਾਰਟੀ ਕੋਲੋਂ ਪੇਮੈਂਟ ਲਈ ਹੈ। ਤੇ ਲੈ ਕੇ ਮੈਂ ਕਿਸੇਲੇ ਢਾਬੇ ਕੋਲ ਦਵਾਈ ਲੈਣ ਖਲੋਤਾ। ਬਾਈਕ ਮੇਰੇ ਨਾਲ ਖੜੀ ਸੀ। ਨਾਲ ਹੀ ਮੇਰਾ ਠੇਲਾ ਖੜਾ ਸੀ। ਠੇਲਾ ਪਿਆ ਸੀ। ਬਸ ਮੈਂ ਉਹ ਡਾਕਟਰ ਸਾਹਿਬ ਕੋਲ ਦਵਾਈ ਉਹਨੂੰ ਆਉਂ ਗਿਆ ਕੈਮਿਸਟ ਨੂੰ ਦਵਾਈ ਦੇ ਤੇ ਥੱਲੇ ਉਹ ਮੁੰਡਾ ਆਇਆ ਉਧਰੋਂ ਉਹਨੇ ਠੇਲਾ ਮੇਰਾ ਫੜਿਆ। ਤੋਂ ਪਛਲ ਨਗਰ ਮਤੋਂ ਛਾਲ ਮਾਰੀ ਉਹਦੇ ਉੱਤੇ ਮੁੰਡੇ ਦੇ ਮੈਂ ਡਿਗ ਪਿਆ ਨਹੀਂ ਥੱਲੇ ਉਹ ਥੱਲੇ ਲੈ ਕੇ ਭੱਜਿਆ ਮੋਟਰ ਤੇ ਐਕਟਿਵ ਵਾਲਾ ਖੜਾ ਸੀ ਮੁੰਡਾ ਛੋਟਾ ਜਿਹਾ ਉਹਦੇ ਮਗਰ ਬੈ ਕੇ ਉਹ ਦੌੜ ਗਿਆ ਲੋਕੀ ਮਗਰ ਭੱਜੇ ਆ ਉੱਥੋਂ ਕਿਸਾਰੇ ਢਾਬਾ ਬਹੁਤ ਯਾਨੀ ਕਿ ਉੱਥੇ ਬਹੁਤ ਭੀੜ ਹੁੰਦੀ ਆ ਤਿੰਨ ਚਾਰ ਬੰਦੇ ਮਗਰ ਭੱਜੇ ਵੀ ਆ ਲੇਕਿਨ ਉਹ ਐਕਟਿਵ ਤੇ ਲੈ ਕੇ ਭੱਜ ਗਿਆ ਕਿੰਨੇ ਕੇ ਪੈਸੇ ਸੀ 188000 ਰੁਪਇਆ ਕੀ ਮੰਗ ਕਰਦੇ ਪੁਲਸ ਤੋਂ ਪੁਲਸ ਤੋਂ ਕੀ ਬਸ ਸਾਡੇ ਕੋ ਪੁਲਸ ਤੋਂ ਮੰਗ ਪੁਲਸ ਵਪਾਰੀ ਇਨਸਾਫ ਇਦਾਂ ਸਾਡੇ ਹੱਥ ਸਾਡੇ ਪੈਸੇ ਮਿਲਣੇ ਚਾਹੀਦੇ ਆ ਐਡਾ ਭੀੜ-ਪਾੜ ਵਾਲਾ ਇਲਾਕਾ ਉੱਥੇ ਰੋਜ਼ ਲੰਗੀਦਾ ਕੋਈ ਪੁਲਿਸ ਦੀ ਗਸ਼ਤ ਨਹੀਂ ਕੋਈ ਕੁਝ ਨਹੀਂ ਇਸ ਤਰ੍ਹਾਂ ਕੰਮ ਕੀ ਚੱਡਾ ਕੱਪੜੇ ਦਾ ਮੇੜਾ ਕੰਮ ਏਜੰਟੀ ਦਾ ਮੈਂ ਇਹਨਾਂ ਕੋ ਪੇਮੈਂਟ ਲਈ ਜਾਨੀ ਕਿ ਕੱਪੜੇ ਦੀ ਬਿਆਟਾ ਲਈ ਸਾਥ ਤੋਂ ਉਦਰੇ ਸਾਰੇ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਜਾਂਚ ਦਾ ਭਰੋਸਾ ਦਿੱਤਾ ਅੱਜ ਵਿਜੇ ਕੁਮਾਰ 베ਰੀ ਜੂਲੋਂ ਕੰਪਲੇਂਟ ਮਿਲੀ ਆ ਸਾਨੂੰ ਕਿ ਮੈਂ ਮੋਟਰਸਾਈਕਲ ਤੇ ਕੁਝ ਪੈਸੇ ਤੇ ਨਾਲ ਮੇਰੇ ਕਾਗਜ਼ੀ ਵਿੱਚ ਉਹਦੇ ਲੈ ਕੇ ਘਰ ਵੱਲ ਜਾ ਰਿਹਾ ਸੀ ਰਸਤੇ ਵਿੱਚ ਮੇਰੀ ਤਬੀਅਤ ਖਰਾਬ ਹੋਣ ਕਾਰਨ ਮੈਡੀਕਲ ਸਟੋਰ ਤੋਂ ਮੈਡੀਸਿਨ ਲੈਣ ਲੱਗਿਆ ਤੇ ਬੈਗ ਮੈਂ ਮੋਟਰਸਾਈਕਲ ਤੇ ਟੰਗਿਆ ਰਿਹਾ ਤਾਂ ਪਿੱਛੋਂ ਕੁਝ ਲੜਕੇ ਆਏ ਦੋ ਨੌਜਵਾਨ ਜਿਨ੍ਹਾਂ ਨੂੰ ਮੈਂ ਨਹੀਂ ਸੀ ਜਾਣਦਾ ਉਹ ਮੇਰਾ ਬੈਗ ਉਤਾਰ ਕੇ ਭੱਜ ਗਏ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲੇ ਇਹਦੇ ਵਿੱਚ ਮਾਮਲਾ ਚੋਰੀ ਦਾ ਅਸੀਂ ਦਰਜ ਕੀਤਾ ਹੈ ਔਰ ਜਲਦੀ ਹੀ ਟ੍ਰੇਸ ਕਰ ਲਵਾਂਗੇ ਸੀਸੀਟੀਵੀ ਫੁਟੇਜ ਵਗੈਰਾ ਵੇਖੀ ਜਾ ਰਹੀ ਹੈ ਸਾਰੀ ਸਰ ਕਿੰਨੇ ਦੀ ਚੋਰੀ ਹੋਈ ਜੀ ਵਿਜੇ ਕੁਮਾਰ ਜੀ ਦੇ ਕੈਮਰਾ ਨੂੰ 1,88,000 ਰੁਪਏ ਸੀ ਬੈਗ ਦੇ ਵਿੱਚ ਤੇ ਕੋਈ ਪਛਾਣ ਨਹੀਂ ਹੋਈ ਜਰਾ ਲੇਟ ਨਹੀ ਅਜੇ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਜਲਦੀ ਹੀ ਪਛਾਣ ਕਰਾ ਕੇ ਦੋਸ਼ੀ ਫੜ ਲਏ ਜਾਣਗੇ ਸਕੈਨਿਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਰਗੂ ਮਹਿੰਦਰ ਦੀ ਰਿਪੋਰਟ